ਇਹ ਜਨਾਬ 135 76 ਮਾਡਲ, ਇਹ ਸਾਰੀ ਜ਼ਿੰਦਗੀ ਇਸੇ ਕਰਮ ਵਾਲੇ ਨਾਲ ਹੀ ਵਾਹੀ ਅੱਬੂ ਸਾਡਾ ਕਰਦਾ ਰਿਹਾ। ਹਾਂਜੀ, ਹੁਣ ਸਾਡੇ ਦੌਰ 'ਚ ਵੱਡੀਆਂ ਗੱਡੀਆਂ ਨਿਕਲ ਆਈਆਂ, ਪਾਵਰ ਸਟੇਅਰਿੰਗ ਸਹੂਲਤਾਂ ਨਹੀਂ, ਅੱਜ ਅਸੀਂ ਕਹੀਏ ਕਿ ਜਨਾਬ ਟਰੈਕਟਰ ਬੇਕਾਰ ਹੈ। ਹਾਂਜੀ, ਇਹਦੀ ਕਮਾਈ ਦੇ ਪਲੇ ਆ, ਜਵਾਨ ਹੋਏ ਆ। ਸਹੀ, ਠੀਕ ਹੈ। ਤੇ ਅੱਗੇ ਕੁਝ ਇਹਦੇ ਟਾਇਰ ਵਗੈਰਾ ਨਹੀਂ ਸੀ, ਐ ਕੱਸੇ ਸਨ। ਹਾਂਜੀ, ਮਗਰਾਟ ਗਲ ਗਏ ਸੀ, ਲੈਂਕਾਂ ਲੂੰਕਾਂ ਟੁੱਟੀਆਂ ਸੀ, ਸਿਰਫ ਰੱਖਿਆ ਸੀ ਮਾਲ ਦੇ ਪੱਠਿਆਂ ਲਈ। ਸਹੀ, ਇਹ ਤਕਰੀਬਨ ਕੰਨਮ ਦੀ ਕਟਾਈ ਤੋਂ ਪਹਿਲੇ ਇਹਦੇ 'ਤੇ ਰੁਪਈਆ 2.5-3 ਲੱਖ ਲਗਾਇਆ ਸੀ। ਸਹੀ, ਡੀਜ਼ਲ ਪੰਪ ਕਰਾਇਆ ਸੀ, ਹਿੰਡਾਲਕ ਪੰਪ, ਟਾਇਰ ਨਵੇਂ ਪਵਾਏ, ਮਗਰਾਟ, ਲੈਂਕਾਂ ਸ਼ੈਂਕਾਂ, ਯਾਨੀ ਕਿ ਨਾ ਹਾਂਜੀ ਠੀਕ ਠਾਕ ਇਹਦੇ ਰਿਪੇਅਰਿੰਗ ਕੀਤੀ ਸੀ, ਖਾਤਰ ਤਵਾਜ਼ਾ ਕੀਤੀ। ਹੁਣ ਇਹ ਵੇ ਕੇ ਇਹ ਟਰਾਲੀ 'ਚ ਦਾਣੇ 125 ਮਣ 150 ਮਣ ਆ ਜਾਂਦੇ ਨੇ। ਹਾਂਜੀ, ਇਹ ਇਹਦੇ ਮਗਰ ਪਾ ਦਿੱਤੀ, ਉਹ ਸਾਹਮਣੇ ਵੱਡਾ ਟਰਾਲਾ ਆਪਣਾ, ਹਾਂਜੀ 17 ਫੁੱਟ ਹੈ। ਸਹੀ, ਉਹਦੇ 'ਚ ਦਾਣੇ 300-350 ਮਣ ਆ ਜਾਂਦੇ ਨੇ। ਸਹੀ, ਉਹ ਵੱਡਾ ਨਾ, ਉਹ ਵੇਲਾ ਖਲੋਵੇ ਨਾ ਇਹ ਵੇਲਾ ਖਲੋਵੇ, ਮੰਦਾ ਕਰਾਉਣਾ ਨਹੀਂ ਪੈਂਦਾ। ਹਾਂਜੀ, ਇੱਕ ਟਰਾਲੀ ਮਸ਼ੀਨ ਮਗਰ ਲਾਏ ਜਾਂਦੀ, ਇਹ ਜੈਕ ਪਲਟਾਏਗਾ। ਸਹੀ, ਫਿਰ ਵਾਪਸੀ ਆ ਕੇ ਟਰਾਲਾ ਭਰ ਜਾਏਗਾ ਤੇ ਇਹ ਲੱਗ ਜਾਏਗੀ। ਸਹੀ, ਇਹ ਹੁਣ ਕਿਹੜੀ ਮੰਡੀ ਜਾ ਰਹੀ ਮੁੰਜੀ? ਇਹ ਬੁੱਚੇਗੀ। ਸਹੀ ਹੈ, ਤੇ ਬਾਕੀ ਜੀ ਆਪਣਾ ਇਹਦਾ ਇੰਜਣ ਉੰਜਣ ਦਾ ਕੰਮ ਵੀ ਕਰਾਇਆ ਸੀ? ਭਾਜੀ, ਇੰਜਣ ਇਹਦਾ 2011 ਦਾ ਹੋਇਆ ਹੈ। ਅੱਛਾ, ਤੇ ਇਹ ਵੇਖੇ ਹਜੇ ਤੱਕ ਤੇ ਕਰਮ ਵਾਲਾ ਠੀਕ ਚੱਲਦਾ ਪਿਆ। ਸਹੀ, ਤੇ ਵਾਈ ਬੂਈ ਦਾ ਤੇ ਇਹਦੇ ਕੋਲ ਕੋਈ ਏਡਾ ਕੰਮ ਲਈਦਾ, ਕਿਤੇ ਕੋਈ ਸੁਹਾਗਾ ਵਗੈਰਾ ਮਾਰਨਾ ਪਏ। ਹਾਂਜੀ, ਤੇ ਬਾਕੀ ਮਾਲ ਡੰਗਰ ਦਾ ਪੱਠਿਆਂ ਦਾ ਗੋਹਾ ਸ਼ੋਇਆ ਕੱਢਦਾ। ਸਹੀ, ਤੇ ਠੀਕ ਹੈ, ਵਾਈ ਕਰਨ ਨੂੰ ਇਹਦੀਆਂ ਹੱਲਾਂ ਵੀ ਪਈਆਂ, ਸੁਹਾਗਾ ਵੀ, ਇਹ ਸਾਰੇ ਕੰਮ ਹੀ ਹੁਣ ਤੱਕ ਕਰਦਾ ਆ। ਸਹੀ, ਇਹਨੇ ਕਿ ਨਾ ਕਰਨੀ ਕਿ ਮੈਂ ਨਹੀਂ ਕਰਨਾ। ਸਹੀ ਹੋ ਗਿਆ, ਤੇ ਬਾਕੀ ਇਹਦੇ ਟਾਇਰ ਵੀ ਨਵੇਂ ਪਵਾਏ ਤੁਸੀਂ? ਹਾਂਜੀ, ਟਾਇਰ ਪਵਾਏ ਨੇ ਸਰਵਿਸ ਦੇ। ਹਾਂਜੀ, ਟਾਇਰ ਪਵਾਏ ਨੂੰ 4 ਮਾਹ ਤੋਂ ਜ਼ਿਆਦਾ ਹੋ ਗਏ ਨੇ। ਸਹੀ, ਤੇ ਟਾਇਰਾਂ ਦੀ ਘਾਸ ਬਹੁਤ ਘੱਟ ਹੈ, ਗੁੱਡੀ ਵੀ ਆਮ ਟਾਇਰਾਂ ਨਾਲੋਂ ਜ਼ਿਆਦਾ ਵੇਖ ਸਕਦੀ। ਸਹੀ, ਬਾਕੀ 4 ਮਹੀਨਿਆਂ ਦੇ ਵਿੱਚ ਕੋਈ ਕਲੇਮ, ਕੋਈ ਮਸਲਾ ਮਸਾਇਲ ਨਹੀਂ? ਕੋਈ ਮਸਲਾ ਹੀ ਨਹੀਂ, ਪੈਂਚਰ ਤੱਕ ਨਹੀਂ ਹੋਇਆ, 4 ਟਾਇਰ ਆਏ ਸੀ, 1,45,000 ਦੇ ਸਣੇ ਟੁੱਕ। ਸਹੀ, ਕੋਈ ਬਾਦਸ਼ਾਹ ਨਹੀਂ ਘਟਾਉਂਦੇ, ਕੋਈ ਕੁਛ ਨਹੀਂ, ਬਿਲਕੁਲ ਠੀਕ ਨਹੀਂ। ਸਹੀ, ਅਜੇ ਤੱਕ ਕੋਈ ਨਹੀਂ ਵਾਈ ਨਹੀਂ ਭਰਾਈ। ਸਹੀ, ਜਿੱਦਣ ਦੇ ਫਿੱਟ ਕਰਾਏ ਨੇ ਕਿ ਜਦੋਂ ਜਿਹੜੀ ਚੀਜ਼ ਦੀ ਕਮੀ ਹੋਵੇ ਉਹ ਪੂਰੀ ਹੋ ਜਾਏ, ਤੇ ਫਿਰ ਵੇਖ ਲਿਆ ਜੀ। ਸਹੀ, ਇਹ ਵੱਡੇ ਮਾੜਾ ਮੋਟਾ ਨਮੀ ਵੀ ਹੈ ਤੇ ਇਹਨੂੰ ਭਾਰ ਹੀ ਕੋਈ ਨਹੀਂ ਕਰਮਾ। ਭਾਜੀ, ਡੀਜ਼ਲ ਪੰਪ ਕਰਵਾਇਆ ਸੀ, ਹਿੰਡਾਲਕ ਪੰਪ ਕਰਵਾਇਆ ਸੀ, ਇੰਜਨ ਦਾ ਰੋਇ ਕੋਈ ਨੀ। ਹਾਂਜੀ, ਕੋਈ ਮਸਲਾ ਨੀ, 400 ਮਣ ਵੀ ਗੰਨਾ ਖੜਦੇ ਰਹੇ ਨੇ ਨਿੱਕੇ ਟਰੈਕਟਰ ਮਿੱਲਾਂ ਦੇ। ਸਹੀ, ਹੁਣ ਤੇ ਵੈਸੇ ਇੱਕ ਟ੍ਰੈਂਡ ਬਣ ਗਿਆ ਜ਼ਿਮੀਦਾਰ ਦਾ, ਉਹ ਨਿੱਕਾ ਟਰੈਕਟਰ ਖਰੀਦਦਾ ਹੀ ਨਹੀਂ, ਕਹਿੰਦੇ ਨੇ ਕੰਮ ਨੀ ਕਰਦਾ। ਕੰਮ ਕੀ ਨੀ ਕਰਦਾ, ਇਹ ਜਦੋਂ ਬਾਬੇ ਢੱਗਿਆਂ ਨਾਲ ਵਾਹੁੰਦੇ ਸੀ ਨਾ, ਉਹਨਾਂ ਨੂੰ ਇਹ ਟਰੈਕਟਰ ਮਿਲੇ ਤੇ ਉਹਨਾਂ ਲਈ ਇਹ ਬੜਾ ਕੰਮ ਕਰਦੇ ਸੀ। ਸਹੀ, ਸਾਨੂੰ ਇਹ ਟਰੈਕਟਰ ਮਿਲੇ ਨੇ ਨਾ, ਸਾਨੂੰ ਅੱਗੋਂ ਮਿਲ ਗਏ ਨੇ ਵੱਡੇ, ਹੁਣ ਸਾਡੀ ਨਜ਼ਰ 'ਚ ਇਹ ਕੱਖ ਨਹੀਂ ਕਰਦੇ। ਸਹੀ, ਬਾਬਿਆਂ ਦੇ ਢੱਗੇ ਕੱਖ ਨਹੀਂ ਸੀ ਕਰਦੇ ਤੇ ਟਰੈਕਟਰ ਕੰਮ ਕਰਦੇ ਸੀ। ਸਹੀ, ਹੁਣ ਸਾਡੀ ਨਜ਼ਰ 'ਚ ਇਹ ਕੱਖ ਨਹੀਂ, ਕਿਉਂਕਿ ਵੱਡੇ ਮਗਰ 13 ਹੱਲਾਂ ਪੈਂਦੀਆਂ, ਇਹਦੇ ਮਗਰ 9 ਹੱਲਾਂ, 4 ਹੱਲਾਂ ਦਾ ਫਰਕ ਹੈ। ਸਹੀ, ਅੱਛਾ ਭਾਈ ਫੈਸਲ, ਇਸ ਦਫਾ ਕਬੂਟਾ ਨਾਲ ਤੁਸੀਂ ਕਰਾ ਰਹੇ ਹੋ ਕਟਾਈ, ਪਹਿਲੇ ਸਾਲ ਹੀ ਕਰਾ ਰਹੇ ਹੋ ਜਾਂ ਅੱਗੇ ਵੀ ਇਹਦੇ ਨਾਲ ਹੀ ਕਰਾਉਂਦੇ? ਨਹੀਂ, ਅੱਗੇ ਵੀ ਇਹਦੇ ਨਾਲ ਕਟਾਈ ਕਰਾਈ ਜੀ, ਕਿਉਂਕਿ ਅਸੀਂ ਰੋਡ ਦੇ ਨਜ਼ਦੀਕ ਨੈਸ਼ਨਲ ਹਾਈਵੇ ਮੋਟਰ ਦੇ। ਹਾਂਜੀ, ਅਗਰ ਅਸੀਂ
ਦੂਸਰੀ ਹਾਰਵੈਸਟ ਨਾਲ ਕਟਾਈ ਕਰਾਨੇ ਆ ਨਾ, ਕੰਬਾਈਨ ਹਾਰਵੈਸਟ, ਹਾਂਜੀ, ਤੇ ਉਹ ਅੱਗ ਲਗਾਣੀ ਪੈਂਦੀ ਏ ਤੇ ਉਹ ਮੁਨਾਸਬ ਨਹੀਂ, ਧੂਆਂ ਜਾਂਦਾ, ਨੁਕਸਾਨ ਹੋਏਗਾ ਕਿਸੇ। ਸਹੀ ਸਹੀ, ਛੋਟੀ ਮਸ਼ੀਨ ਇਹਦੇ ਨਾਲ ਕਟਾਈ ਕਰਾਈ ਦੀ, ਨਾ ਧੂਆਂ, ਨਾ ਕੋਈ ਪ੍ਰੋਬਲਮ, ਨਾ ਅੱਗ ਲਾਣੀ ਪੈਂਦੀ, ਵੱਢ ਸਾਫ ਏ, ਇੰਜੀ ਜ਼ਮੀਨ ਵਗ ਜਾਣੀ। ਸਹੀ, ਵਾਹ ਕੇ ਦਸਤੀ ਤਿਆਰ ਹੋ ਜਾਂਦੀ। ਹਾਂਜੀ, ਦਸਤੀ ਤਿਆਰ ਹੋ ਜਾਂਦੀ। ਅੱਛਾ, ਇਹਦਾ ਰਿਜ਼ਲਟ ਕਿਵੇਂ, ਇਹਦਾ ਰਿਜ਼ਲਟ ਅੱਛਾ ਜਾਂ ਹੁੰਦਾ ਅੱਛਾ? ਭਾਜੀ, ਮੇਰੇ ਵੇਖਣ 'ਚ ਤੇ ਇਹਦਾ ਰਿਜ਼ਲਟ ਅੱਛਾ, ਵੇਖੋ। ਹਾਂਜੀ, ਦਾਣਾ ਕਿਸੇ ਚੀਜ਼ ਨਾਲ ਜਾਣ ਹੀ ਨਹੀਂ ਇਸ ਦੇਣਾ। ਸਹੀ, ਇਹ ਤੁਸੀਂ ਨੋਟ ਕਰ ਸਕਦੇ ਹੋ। ਹਾਂਜੀ, ਇਹਨੇ ਸਿਰਫ ਪੱਖੇ ਦੀ ਹਵਾ ਨਾਲ, ਸਹੀ, ਜਿਹੜੇ ਪੱਤੇ ਨੇ ਨਾ ਮੁੰਜੀ ਹੌਲੀ, ਯਾਨੀ ਕਿ ਜਿਹਨੇ ਨਹੀਂ ਦਾਣਾ ਲਿਆ, ਪਾਤਲ ਬਾਹਰ ਆਈਏ, ਦਾਣਾ ਨਹੀਂ ਇਹ ਮਸ਼ੀਨ ਨਾਲ, ਤੇ ਹਾਰਵੈਸਟਰ ਉਹਨੇ ਪਾਤਲ ਬਾਹਰ ਘੱਟ ਕੱਢਣੀ ਸੀ, ਦਾਣਿਆਂ 'ਚ ਜ਼ਿਆਦਾ ਕੱਲ, ਸਹੀ, ਉਹਨੇ ਵਿਰਲਾ ਵਿਰਲਾ ਦਾਣਾ ਆ ਜਾਂਦਾ। ਹਾਂਜੀ, ਇਹਨੇ ਦਿਨ ਪੀਣ ਕਰਕੇ ਕੱਲਣਾ। ਤੇ ਬਾਕੀ ਇਹਦੀ ਕਟਾਈ ਕਿੰਨੀ ਲੈ ਰਹੇ ਨੇ? ਕਟਾਈ 12-13 ਹਜ਼ਾਰ ਆਰਾਮ ਚੱਲਦੀ ਹੈ, 10-11 ਵਾਲੇ ਵੀ ਬੰਦੇ ਫਿਰਦੇ ਨੇ, ਪਰ ਉਹ ਮਸ਼ੀਨਾਂ ਦਾ ਮਿਆਰ ਕੋਈ ਨਹੀਂ, ਮਸ਼ੀਨ ਚੰਗੀ ਹੈ, ਹਾਂਜੀ, ਪ੍ਰੀ ਕੰਡੀਸ਼ਨ ਮਸ਼ੀਨ ਹੈ, ਰਿਜ਼ਲਟ ਵੇਚ ਸਕਦੇ ਹੋ, ਥੱਲੋਂ ਰਗੜ ਕੇ ਕਟਾਈ ਕਰਦੀ। ਸਹੀ, ਤੇ ਇਹ ਫੈਸਲ ਬਾਈ ਕਿੰਨੀ ਕਟਾਈ ਕਰ ਜਾਂਦੀ ਹੈ ਇੱਕ ਦਿਨ ਵਿੱਚ? ਚੱਲਦੀ ਰਹੇ ਤੇ 8-9 ਕਿੱਲੇ ਵੀ ਕਰ ਜਾਂਦੀ ਹੈ, ਕੋਈ ਮਸਲਾ ਬਣ ਜਾਵੇ ਤੇ ਘੱਟ ਵੀ ਹੋ ਸਕਦੀ। ਸਹੀ ਹੋ ਗਿਆ, ਚਲੋ ਠੀਕ ਹੋ ਗਿਆ ਬਾਈ ਜਾਨ। ਹਾਂਜੀ, ਤੇ ਬਾਕੀ ਜੀ ਦੋਸਤੋ, ਅਸੀਂ ਅੱਜ ਬਿੰਡਰ ਜ਼ਰਈ ਫਾਰਮ 'ਤੇ ਆਏ ਸੀ ਜੀ, ਤੇ ਤੁਹਾਨੂੰ ਸਾਰੀ ਸੂਰਤ ਹਾਲ ਤੋਂ ਅਗਾਹ ਕਰ ਦਿੱਤਾ, ਕਿੰਨੀ ਕੁ ਐਵਰੇਜ ਆ ਰਹੀ ਔਰ ਕੀ ਰੇਟ ਚੱਲ ਰਿਹਾ। ਬਾਕੀ ਸੀਡ ਦੇ ਹਵਾਲੇ ਨਾਲ ਜੀ ਕਾਫੀ ਦੋਸਤਾਂ ਨੇ ਗੱਲਬਾਤ ਕੀਤੀ ਸੋਸ਼ਲ ਮੀਡੀਆ 'ਤੇ ਕਿ ਸੀਡ 2 ਨੰਬਰ ਆ ਰਹੇ, ਅਤੇ ਉਸ ਵਜ੍ਹਾ ਤੋਂ ਐਵਰੇਜ ਦਾ ਮਸਲਾ ਆਇਆ। ਭਾਜੀ, ਤੁਸੀਂ ਵੇਖ ਹੀ ਲਿਆ ਖੁਦ ਆ ਕੇ ਕਿ ਸਿੱਟਾ ਤੋੜ ਕੇ ਵੀ, ਅਤੇ ਮਸ਼ੀਨ ਜਿੱਥੋਂ ਲੰਘ ਕੇ ਗਈ ਉੱਥੇ ਵੀ ਕੀ ਹਾਲ ਹੋਏ ਆ। ਹਾਂਜੀ, ਕਿ ਸੀਡ ਅਸਲ ਹੁੰਦਾ, ਹਾਂਜੀ, ਜਿੱਥੇ ਅੱਧੀ ਮੁੰਜਰ ਪੱਕੀ ਦੂਸਰੀ ਵੀ ਪੱਕਦੀ। ਬਿਲਕੁਲ ਜੀ, ਹਾਂਜੀ, ਅਗਰ ਤਾਂ ਟੈਂਪਰੇਚਰ ਦਾ ਮਸਲਾ ਹੁੰਦਾ ਤਾਂ ਫਿਰ ਸਾਰੇ ਦਾਣੇ ਹੀ ਨਾ ਪੱਕਦੇ। ਹਾਂਜੀ ਹਾਂਜੀ, ਇੰਝ ਹੀ ਹੈ ਨਾ, ਕਿਉਂਕਿ ਇਹ ਕਲੇਮ ਤੇ ਹੁੰਦੇ ਨੇ ਪਾਕਿਸਤਾਨ ਦੀ ਪੈਦਾਵਾਰ ਬੀਜ ਦੇ। ਹਾਂਜੀ, ਜਿਸ ਤਰ੍ਹਾਂ 60 ਮੁੰਜੀ ਏ, ਹਾਂਜੀ ਹਾਂਜੀ, ਸੁਪਰ ਫੈਨ ਜਿਹਨੂੰ ਕਿਹਾ ਜਾਂਦਾ, 86 ਸੁਪਰੀ ਤੇ ਸੁਪਰ ਹੋ ਗਈ ਕਰਨਲ। ਸਹੀ, ਇਹ ਚੀਜ਼ਾਂ ਇੰਜ ਕਰਦੀਆਂ, ਖਾਲੀ ਹੁੰਦੀ ਤੇ ਗਿੱਲੇ ਹੀ ਕੋਈ ਨਹੀਂ ਸੀ, ਕਿਉਂਕਿ ਇੱਥੋਂ ਦੀ ਪੈਦਾਵਾਰ। ਸਹੀ, ਇਹਨਾਂ ਗਰੰਟੀਆਂ ਦਿੱਤੀਆਂ ਕਿ ਵੀ ਸਾਡਾ ਗਰੰਟੀ ਸ਼ੁਦਾ ਬਾਹਰ ਦਾ ਬੀਜ ਚਾਈਨਾ ਦਾ। ਅੱਛਾ ਫੈਸਲ ਬਾਈ, ਇੱਥੇ ਨਾ ਆਪਣਾ ਮਾਨਾ ਵਾਲੇ ਲਾਗੇ ਫੌਜੀ ਸਾਹਿਬ ਰਹਿੰਦੇ ਨੇ, ਸ਼ਾਇਦ ਤੁਸੀਂ ਜਾਣਦੇ ਹੋਗੇ ਜੀ, ਉਹਨਾਂ ਨੇ ਕਟਾਈ ਕਰਵਾਈ ਆ, ਉਹਨਾਂ ਦੀ ਵੀ ਹਾਈਬ੍ਰਿਡ ਸੀ, ਉਹਨਾਂ ਦੀ ਐਵਰੇਜ ਆਈ 119 ਮਣ। ਉਹ ਮੋਟਾ ਬੀਜ, ਹਾਂਜੀ, ਮੋਟਾ ਬੀਜ ਹੋਣਾ ਕਿਸੇ ਹੋਰ ਕੰਪਨੀ ਦਾ। ਹਾਂਜੀ, ਹੋਰ ਕੰਪਨੀ ਦਾ ਚਾਵਲ ਮੋਟਾ। ਹਾਂਜੀ, ਤੇ ਉਹ ਵੀ ਇਸੇ ਟੈਂਪਰੇਚਰ ਵਿੱਚ ਹੀ ਪੱਕਿਆ। ਹਾਂਜੀ, ਬਸ ਹੋ ਸਕਦਾ ਸੀਡ ਅਸਲ ਮਿਲ ਗਿਆ। ਹਾਂਜੀ, ਸੀਡ ਦਾ ਇਸ਼ੂ ਹੈ, ਜਿਸ ਤਰ੍ਹਾਂ ਹੁਣ ਆਪਣਾ ਇੱਧਰ ਪਾਕ ਪਤਨ ਵਾਲੀ ਸਾਈਡ ਵਾਲ, ਜਿਹੜਾ ਤੁਸੀਂ ਇੱਕ ਵੀਡੀਓ ਦੇਖੀ ਹੋਣੀ, ਬਿਲਕੁਲ ਇੱਕ ਦਾਣਾ ਵੀ ਨਹੀਂ ਲੱਗਾ। ਉਹ 90 ਦਿਨ ਦੀ ਵੈਰਾਈਟੀ ਉਹਨਾਂ ਦੱਸੀ ਸੀ, ਕਹਿੰਦੇ 120 ਦਿਨ ਹੋ ਗਈ ਏ। ਹਾਂਜੀ, ਉਹਨੇ ਅਨਾਜ ਹੀ ਨਹੀਂ ਲਿਆ ਇੱਕਦਮ। ਹਾਂਜੀ ਬਿਲਕੁਲ, ਉਹਨਾਂ ਵੈਸੇ ਹੀ ਨਾਮ ਲੁੜਾ, ਮੁੰਜਰ ਹੀ ਨਹੀਂ ਲੱਗਾ। ਹਾਂਜੀ, ਮੁੰਜਰ ਹੀ ਨਹੀਂ ਲੱਗੀ। ਸਹੀ ਹੈ। ਬਾਕੀ ਦੋਸਤੋ ਜੀ, ਕਟਾਈ ਹੋ ਰਹੀ, ਕਬੂਟਾ ਦੀ ਹਾਰਵੈਸਟਰ ਕਰ ਰਹੀ ਕਟਾਈ, ਅਤੇ ਇਹ ਚੈੱਕ ਕਰੋ ਜੀ, ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਮੁੰਜਰ ਚੈੱਕ ਕਰੋ ਜੀ, ਇੱਕ ਮਿੰਟ ਮੈਂ ਥੋੜ੍ਹਾ ਕੈਮਰਾ ਫੋਕਸ ਕਰ ਲਾਂ। ਇਹ ਚੈੱਕ ਕਰੋ ਜੀ, ਇਹ ਜਿਹੜੇ ਪੀਲੇ ਦਾਣੇ ਨਾ, ਇਹ ਹੀ ਭਰੇ ਆ, ਬਾਕੀ ਜਿੰਨੇ ਸਬਜ਼ ਹੈਗੇ ਉਹ ਸਾਰੇ ਖਾਲੀ ਨੇ। ਇਹ ਚੈੱਕ ਕਰੋ ਜੀ, ਤਕਰੀਬਨ 20-25% ਜਿਹੜਾ ਨਾ ਉਹ ਦਾਣਾ ਭਰਿਆ, ਬਾਕੀ ਜੀ ਟੋਟਲ ਖਾਲੀ। ਇਹ ਵੇਖੋ ਜੀ, ਔਰ ਬਾਕੀ ਇਹ ਚੈੱਕ ਕਰੋ, ਇਹ